गुरु मेंढा मित है, मेंढा मित है, सतगुरु मेंढा मित है, मेंढा मित है, मेंढा मित है, सतगुरु मेंढा मित है, मेंढा मित है, सतगुरु मेंढा मित है, जे मिले अजीत पंजाबी दी ऑथेंटिक खबरां दे लई सब्सक्राइब करो अजीत वेब टीवी अते ताजी खबरां दी नोटिफिकेशन पाउण दे लई बेल आइकन ते क्लिक करो। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਇੰਗਲੈਂਡ ਤੋਂ ਪ੍ਰਕਾਸ਼ ਸੁਖਮੁਰ ਸਿੰਘ ਟੱਡੀ ਅੱਜ ਇੰਗਲੈਂਡ ਤੋਂ ਸ਼ਹਿਰ ਲੈਟਰ ਦੇ ਵਿੱਚ ਵਿਸ਼ਾਲ ਨਗਰ ਤੋਂ ਸਜਾਇਆ ਜਾ ਰਿਹਾ ਹੈ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਤ ਆਰੰਭ ਹੋਇਆ ਤੇ ਰਸਤੇ ਦੇ ਵਿੱਚ ਤਾਂ ਨਗਰ ਕੀਰਤਨ ਦਾ ਜਿਹੜਾ ਪ੍ਰਵਾਸ ਸਵਾਗਤ ਕੀਤਾ ਜਾ ਰਿਹਾ ਹੈ ਨਗਰ ਕੀਰਤਨ ਨੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਇਸ ਪਾਰਕ ਨੂੰ ਵਿੱਚ ਸਮਾਪਤ ਹੋ ਗਿਆ ਜਿੱਥੇ ਭਾਰੀ ਦੀਵਾਨ ਸਜਾਏ ਜਾਣਗੇ ਵੱਖ ਵੱਖ ਰਾਗੀ ਢਾਡੀ ਜਿੱਥੇ ਜਿਹੜੇ ਆ ਸੰਤ ਧਰਮ ਗੁਰੂ ਤੇ ਆਸ ਲਉਣਗੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਧਾਨ ਰਾਜਮਿੰਦਰ ਸਿੰਘ ਜੀ ਰਾਜਾ ਕਹਿੰਦੇ ਅਸੀਂ ਕਰਦੇ ਹਾਂ ਜੀ ਉਹਨਾਂ ਨਾਲ ਗੱਲਬਾਤ। ਸਭ ਤੋਂ ਪਹਿਲਾਂ ਜੀ ਕੰਗ ਸਾਹਿਬ ਤੁਹਾਡਾ ਸਵਾਗਤ ਹੈ ਜੀ ਅਜੀਤ ਵੈਬ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ ਟੱਡਾ ਸਾਹਿਬ ਤੁਹਾਡਾ ਵੀ। ਇਹ ਦੱਸੋ ਜੀ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਕੀ ਸੁਭਾਅ ਹੋਣਗੇ ਜੀ ਆਪਣੇ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਵੱਡੀ ਕਾਰ ਪਾਰਕ ਦੇ ਵਿੱਚ ਸਟਾਲ ਲੱਗੇ ਹੋਏ ਆ ਵੱਖ ਵੱਖ ਆਪਣੇ ਸ਼ਕਨ ਛਕਾਉਣ ਦੇ ਨਾਲ ਨਾਲ ਜਿਹੜੀ ਆ ਬੱਚਿਆਂ ਦੀ ਮੁੱਢਲੀ ਸਿੱਖਿਆ ਦੇ ਸੰਬੰਧ ਵਿੱਚ ਜਿਹੜੇ ਇੱਥੋਂ ਦੇ ਬੱਚੇ ਗੁਰਮੁਖੀ ਦੇ ਨਾਲ ਜੁੜ ਸਕਣ ਆਪਣੇ ਕਕਾਰਾਂ ਪ੍ਰਤੀ ਅਵੇਅਰ ਹੋਣ ਤੇ ਹੋਰ ਬਹੁਤ ਸਾਰੇ ਚੀਜ਼ਾਂ ਦੇ ਨਾਲ ਸੰਬੰਧਿਤ ਸਟਾਲ ਲਾਏ ਹੋਏ ਆ ਵੱਡੀ ਕਾਰ ਪਾਰਕ 'ਚ ਗੁਰਦੁਆਰਾ ਸਾਹਿਬ ਵਿਖੇ ਪ੍ਰੋਪਰ ਜਿਹੜਾ ਪ੍ਰਬੰਧ ਕੀਤਾ ਗਿਆ ਵਾ ਵੱਡਾ ਲੰਗਰ ਹਾਲ ਖੋਲਿਆ ਹੋਇਆ ਵਾ ਜਿਹੜਾ ਕਿ ਨਵਾਂ ਰੈਨੋਵੇਟ ਕੀਤਾ ਗਿਆ ਸੋ ਸੰਗਤਾਂ ਦੇ ਸਹਿਯੋਗ ਦੇ ਸਦਕਾ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਆ ਅਸੀਂ ਨਗਰ ਕੀਰਤਨ ਦੀ ਉਡੀਕ ਕਰ ਰਹੇ ਹਾਂ ਅੱਧੇ ਵਿੱਚ ਖੜੇ ਹਾਂ ਸਰਦਾਰ ਬਲਿਹਾਰ ਸਿੰਘ ਜੀ ਮਾਨ ਸਰਦਾਰ ਕੇਵਲ ਸਿੰਘ ਜੀ ਮਾਨ ਸੋ ਸਮੁੱਚਾ ਮਾਨ ਪਰਿਵਾਰ ਉਹਨਾਂ ਦੇ ਇੱਥੇ ਸਥਾਨ ਤੇ ਖੜੇ ਆ ਤੇ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਇਸ ਸ਼ੁਭ ਅਵਸਰ ਤੇ ਲੈਸਟਰ ਦੀ ਸਮੁੱਚੀ ਸੰਗਤ ਵਧਾਈ ਦੀ ਪਾਤਰ ਆ ਜਿਹੜੇ ਲੰਬੇ ਸਮੇਂ ਤੋਂ ਇਹਨਾਂ ਨਗਰ ਕੀਰਤਨਾਂ ਦਾ ਆਯੋਜਨ ਕਰਕੇ ਸਮੁੱਚੀ ਕਮਿਊਨਿਟੀ ਦੀ ਸੇਵਾ ਕਰਦੇ ਆ। ਬਹੁਤ ਧੰਨਵਾਦ ਤੁਹਾਡਾ ਜੀ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਇੰਗਲੈਂਡ ਦੇ ਪ੍ਰਸਿੱਧ ਪੰਜਾਬੀ ਲੇਖਕ ਤੇ ਸਿੱਖ ਆਗੂ ਸਰਦਾਰ ਸੁਖਦੇਵ ਸਿੰਘ ਜੀ ਬਾਸਲ। ਬਾਸਲ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਅਜੀਤ ਵੈਬ ਟੀਵੀ ਦਾ ਸਵਾਗਤ ਹੈ। ਅੱਜ ਨਗਰ ਕੀਰਤਨ ਬਾਰੇ ਕੀ ਕਹਿਣਾ ਚਾਹੁੰਦੇ ਜੀ? ਅੱਜ ਦਾ ਦਿਹਾੜਾ ਹੈਗਾ ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਸਜਿਆ ਸੀ ਔਰ ਜਿਹਨੂੰ ਸਰਬੱਤ ਦੇ ਭਲੇ ਤੇ ਸਰਬ ਸਾਂਝੀ ਵਾਲਤਾ ਦਰਸਾਈ ਸੀ। ਅੱਜ ਇੱਥੇ ਹਾਈ ਸ਼ਰੀਫ ਆਏ ਹੋਏ ਸਨ ਅੰਗਰੇਜ਼, ਉਹਨਾਂ ਨਾਲ ਅਸੀਂ ਗੱਲਬਾਤ ਕੀਤੀ। ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਅਸੀਂ ਸਿੱਖ ਕਮਿਊਨਿਟੀ ਤੋਂ ਬੜੇ ਖੁਸ਼ ਹਾਂ ਕਿ ਇਹ ਸਰਬੱਤ ਲਈ ਲੰਗਰ ਲਾਉਂਦੇ ਨੇ, ਇਹ ਭਲੇ ਕਾਰਜਾਂ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਨੇ ਤੇ ਔਰ ਬੜੇ ਮਾਣ ਸਤਿਕਾਰ ਦੇ ਨਾਲ ਇਸ ਕੰਟਰੀ ਦੇ ਵਿੱਚ ਰਹਿ ਰਹੇ ਨੇ ਤੇ ਆਪਣੀ ਕੰਟਰੀਬਿਊਸ਼ਨ ਇਕਨੋਮਿਕਲੀ ਇਹਨਾਂ ਦੀ ਬਹੁਤ ਮਹਾਨ ਹੈਗੀ ਜੀ। ਇਸ ਨੂੰ ਰੈਕਗਨਾਈਜ਼ ਜਿਹੜੀ ਆ ਇੱਥੋਂ ਦੀ ਹਕੂਮਤ ਵੀ ਕਰਦੀ ਜੀ ਤੇ ਖਾਲਸੇ ਨੇ ਜਿਹੜੀਆਂ ਮੱਲਾਂ ਬਾਹਰ ਮਾਰੀਆਂ ਨੇ ਉਹ ਇੱਕ ਮਿਸਾਲ ਕਾਇਮ ਕਰਦੀਆਂ ਜੀ। ਕਦੇ ਅਸੀਂ ਇੱਥੇ ਆਏ ਸੀ 3 ਪਾਉਂਡ ਲੈ ਕੇ ਆਏ ਸੀ, 2-4 ਕੱਪੜੇ ਹੱਥਾਂ ਦੇ ਵਿੱਚ ਸੀ, ਪਰ ਅੱਜ ਜਿਹੜੀ ਇੱਥੋਂ ਦੀ ਡੋਮੀਨੇਟਿੰਗ ਹੈਗਾ ਵਪਾਰ ਉਹਦੇ ਅਸੀਂ ਹਿੱਸੇਦਾਰ ਹਾਂ। ਕਦੇ ਟੈਕਸਟਾਈਲ ਹੋਇਆ ਕਰਦਾ ਸੀ ਜਿਹਦੇ ਵਿੱਚ ਅਸੀਂ 90% ਡੋਮੀਨੇਟ ਕਰ ਰਹੇ ਸੀ ਔਰ ਇੱਥੋਂ ਦੀ ਹਕੂਮਤ ਉਹਨੂੰ ਭਲੀ ਭਾਂਤ ਰੈਕਗਨਾਈਜ਼ ਕਰਦੀ ਜੀ। ਸਾਨੂੰ ਪਾਰਲੀਮੈਂਟ ਵਿੱਚ ਬੁਲਾਇਆ ਗਿਆ, ਜੌਨ ਮੇਜਰ ਨੇ ਬੜੇ ਸਤਿਕਾਰ ਨਾਲ ਪੁੱਛਿਆ ਕਿ ਦੱਸੋ ਇਸ ਕੰਟਰੀ ਨੂੰ ਅਸੀਂ ਕਿਵੇਂ ਚਲਾਈਏ। ਬੜੀ ਹੈਰਾਨਗੀ ਵਾਲੀ ਗੱਲ ਸੀ ਸਾਡੇ ਲਈ ਕਿ ਜਿਹੜੀ ਅੰਗਰੇਜ਼ ਹਕੂਮਤ ਹੈਗੀ ਆ ਸਾਡੇ ਉੱਤੇ ਰਾਜ ਕਰਦੀ ਰਹੀ ਜੇ, ਉਹ ਸਾਤੋਂ ਸਲਾਹਾਂ ਲੈਂਦੀ ਜੇ। ਇਹ ਸਿੱਖਾਂ ਦੇ ਇੱਕ ਗੌਰਵ ਵਾਲੀ ਗੱਲ ਜੇ। ਤੋ ਇਹਦਾ ਜਿਹੜੀ ਹੈਗੀ ਆ ਅੱਜ ਖਾਲਸਾ ਪੰਥ ਦੇ ਜਿਹੜੀ ਦਿਵਸ ਦੇ ਉੱਤੇ ਅਸੀਂ ਪੂਰੀ ਸੰਗਤ ਨੂੰ ਵਧਾਈ ਦਿੰਦੇ ਜੇ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਇਆ ਜੀ। ਸਾਡੀ ਕਮਿਊਨਿਟੀ ਨੇ ਇੱਕ ਦੂਸਰੇ ਦੇ ਬਾਹੋਂ ਪੜ ਕੇ ਉੱਪਰ ਉਠਾਇਆ ਜੇ, ਉਹਦਾ ਨਤੀਜਾ ਜੇ ਕਿ ਅਸੀਂ ਇੱਥੇ ਬੜੇ ਕਾਮਯਾਬੀ ਨਾਲ ਆਪਣੇ ਪੈਰ ਜਮਾਏ ਨੇ ਬਿਜ਼ਨਸ ਦੇ ਅੰਦਰ ਤੇ ਹਕੂਮਤ ਦੇ ਅੰਦਰ। ਥੈਂਕ ਯੂ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਹੁਦੇਦਾਰ ਆ ਤੇ ਹੋਰ ਸੰਗਤਾਂ ਜਿਨ੍ਹਾਂ ਨੇ ਨਗਰ ਕੀਰਤਨ ਬਾਰੇ ਤਾਰ ਨਾਲ ਜਾਣਕਾਰੀ ਦਿੱਤੀ ਹੈ। ਤੁਸੀਂ ਦੇਖ ਰਹੇ ਜੀ ਅਜੀਤ ਵੈਬ ਟੀਵੀ, ਮੈਂ ਕਿਤੇ ਹੋਰ ਜੁੱਕੇ ਜੀ ਆਪਣੇ ਤੁਹਾਡੇ ਹੁੰਦਾ ਰਾਹ। ਸਤਿ ਸ੍ਰੀ ਅਕਾਲ।